ਪ੍ਰਧਾਨ ਜੀ ਕੀ ਕਰਨਾ ਜੀ ਇਹ ਮਜ਼ਦੂਰ ਮੁਕਤੀ ਮੋਰਚੇ ਵੱਲੋਂ ਅਸੀਂ ਮਾਰਚ ਕੀਤਾ ਕਿਉਂਕਿ ਦਲਤਾਂ ਦੇ ਉੱਤੇ ਲਗਾਤਾਰ ਅਤਿਆਚਾਰ ਵੱਧ ਰਹੇ ਨੇ ਜਿਵੇਂ ਰਾਜਸਥਾਨ ਦੇ ਅੰਦਰ ਇੱਕ ਸਰਕਾਰੀ ਸਕੂਲ ਦੇ ਵਿੱਚ ਇੱਕ ਮਾਸੂਮ ਬੱਚੇ ਨੂੰ ਉੱਥੋਂ ਦੇ ਹੈੱਡ ਮਾਸਟਰ ਨੇ ਕੁੱਟ ਕੇ ਮਾਰਤਾ ਉਹਦਾ ਕਸੂਰ ਸੀ ਕਿ ਉਹਨੇ ਉਹਦੇ ਘੜੇ 'ਚੋਂ ਪਾਣੀ ਪੀ ਲਿਆ ਇਹ ਬਹੁਤ ਵੱਡੀ ਘਟਨਾ ਔਰ ਜਿਵੇਂ ਸਾਡੇ ਪੰਜਾਬ ਦੇ ਅੰਦਰ ਮਲੂਕੇ ਪਿੰਡ ਦੇ ਵਿੱਚ ਤੀਆਂ ਦੇ ਤਿਉਹਾਰ 'ਤੇ ਦਲਿਤ ਕੁੜੀਆਂ ਔਰਤਾਂ ਨੂੰ ਸ਼ਰੇਆਮ ਸਟੇਜ ਤੋਂ ਲਾਉਣਾ ਜਲੀਲ ਕਰਨਾ ਅਜਿਹੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਨੇ ਸਾਡਾ ਅੱਜ ਦੇ ਇਸ ਮਾਰਚ 'ਚ ਸਵਾਲ ਆ ਕਿ ਇਹਨਾਂ ਨੂੰ ਨੱਥ ਪਾਈ ਜਾਵੇ ਉਸ ਮਾਸਟਰ ਨੂੰ ਮਤਲਬ ਸ਼ਰੇਆਮ ਫਾਹਾ ਲਾਇਆ ਜਾਵੇ ਜਿਹਨੇ ਇੱਕ ਮਾਸੂਮ ਬੱਚੇ ਦੀ ਪਾਣੀ ਬਦਲੇ ਜਾਣ ਲਈ ਹੈ ਇਹ ਬੇਨਤੀ ਅਸੀਂ ਮਾਰਚ ਰਾਹੀਂ ਕਰ ਰਹੇ ਹਾਂ।